ਪਿਛਲੇ ਦਿਨੀ 13 ਅਗਸਤ 2024 ਦਿਨ ਮੰਗਲਵਾਰ ਨੂੰ ਸਵਰਗੀ ਸਰਦਾਰ ਸੁਖਦੇਵ ਸਿੰਘ ਧਨੋਆ ਸਮੂਹ ਪਰਿਵਾਰ ਦੇ ਬੜਮੁੱਲੇ ਸਹਿਯੋਗ ਅਤੇ ਹਰਪ੍ਰੀਤ ਸਿੰਘ ਰਾਏਪੁਰ ਰਾਈਆਂ ਦੇ ਬੜਮੁੱਲੇ ਯਤਨਾਂ ਦੇ ਸਦਕਾ ਪਿੰਡ ਰਾਏਪੁਰ ਰਾਈਆਂ ਵਿਖੇ ਪਹਿਲੀ ਵਾਰ ਤੀਆਂ ਤੀਜੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਉਮੰਗ ਦੇ ਨਾਲ ਮਨਾਇਆ ਗਿਆ। ਸੋ ਇਸ ਮੌਕੇ ਪਹੁੰਚੀਆਂ ਹੋਈਆਂ ਪ੍ਰਮੁੱਖ ਸ਼ਖਸੀਅਤਾਂ ਵੱਲੋਂ ਰਿਬਨ ਕੱਟ ਕੇ ਇਹਨਾਂ ਤੀਆਂ ਦੇ ਤਿਉਹਾਰ ਦਾ ਆਗਾਜ਼ ਕੀਤਾ ਗਿਆ। ਸੋ ਇਸ ਮੌਕੇ ਪ੍ਰਬੰਧਕਾਂ ਵੱਲੋਂ ਪਿੰਡ ਦੀਆਂ ਸਾਰੀਆਂ ਹੀ ਵਿਆਹੀਆਂ ਹੋਈਆਂ ਕੁੜੀਆਂ ਨੂੰ ਵਿਸ਼ੇਸ਼ ਤੌਰ ਦੇ ਉੱਤੇ ਫੁਲਕਾਰੀਆਂ ਦੇ ਕੇ ਸਨਮਾਨਿਤ ਕੀਤਾ ਗਿਆ। ਸੋ ਇਸ ਤੋਂ ਇਲਾਵਾ ਇਸ ਮੌਕੇ ਪ੍ਰਬੰਧਕਾਂ ਵੱਲੋਂ ਪਹੁੰਚੀਆਂ ਵਿਸ਼ੇਸ਼ ਸ਼ਖਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ। ਸੋ ਆਓ ਦੇਖਦੇ ਹਾਂ ਇਸ ਤਿਉਹਾਰ ਦੀਆਂ ਕੁਝ ਵਿਸ਼ੇਸ਼ ਝਲਕੀਆਂ। ਵਧੀਆ ਸੰਤ, ਤੂੰ ਦੱਸ ਤੇਰਾ ਕੀ ਹਾਲ ਆ? ਨਹੀਂ ਮੈਂ ਵਧੀਆ, ਤੂੰ ਸੁਣਾ? ਨਹੀਂ ਮੈਂ ਤਾਂ ਵਧੀਆ, ਬਸ ਚੱਲੀ ਜਾਂਦਾ। ਨਹੀਂ ਮੈਂ ਕੁਝ ਸੁਣਿਆ ਆਪਣੇ ਪਿੰਡ ਚ। ਕਹਿ ਕੇ ਸੁਣ ਲਿਆ ਹੁਣ? ਨਹੀਂ ਮੈਂ ਸੁਣਿਆ ਆਪਣੇ ਪਿੰਡ ਧੀਆਂ ਨੇ। ਅੱਛਾ, ਹੋਰ? ਕੋਟ ਨੀ ਹੁਣ ਤੱਕ ਤਾਂ ਮਨਾਈਆਂ ਨੇ, ਚੱਲ ਵਧੀਆ ਮਨਾਉਣੀਆਂ ਨੇ ਜੇ। ਨੀ ਹੋਰ ਮਨਾਉਣਗੇ ਹੁਣ ਤਾਂ, ਚੱਲ ਆਪਾਂ ਦੱਸ ਕੀ ਲੈਣਾ, ਆਪਾਂ ਤਾਂ ਆਪਣੀਆਂ ਰੌਣਕਾਂ ਲਾਉਣੇ ਆ। ਚਲੋ ਨੀ ਚੱਲੀਏ ਫਿਰ। ਆਪੇ
ਮੇਰੀਆਂ ਮੁਹੱਬਤਾਂ ਨੇ ਮਾਰ ਸੱਟਿਆ, ਦੱਸ ਕੀ ਕਰਾਂ। ਇਸ਼ਕੇ ਨੇ ਛੱਜ ਵਿੱਚ ਪਾ ਕੇ ਛੱਟਿਆ, ਦੱਸ ਕੀ ਕਰਾਂ। ਤੇਰੀਆਂ ਮੁਹੱਬਤਾਂ ਨੇ ਮਾਰ ਸੱਟਿਆ, ਦੱਸ ਕੀ ਕਰਾਂ। ਇਸ਼ਕੇ ਨੇ ਛੱਜ ਵਿੱਚ ਪਾ ਕੇ ਛੱਟਿਆ, ਦੱਸ ਕੀ ਕਰਾਂ। ਤੇਰੀਆਂ ਮੁਹੱਬਤਾਂ ਨੇ ਮਾਰ ਸੱਟਿਆ, ਦੱਸ ਕੀ ਕਰਾਂ।
ਅੱਖਾਂ ਮੀਚ ਕੇ ਬਹਾਨਾ ਕਰਾਂ ਤਾਂ।
ਸਕਦਾ ਤੇ ਮੁੰਡਾ ਤੂੰ ਹੱਟ ਤੋਂ ਪਹਿਲਾਂ ਦਿਨ ਜਿਉਂਦਾ ਮੇਰੇ ਵੱਲ ਤੁਰੇ ਉਹ ਸੋਨੀ ਚੰਦੇ ਰਵੀ ਕਰੇ ਹੋਲੀ ਨਜ਼ਰ ਚੁਕਾ ਕੇ ਜਦੋਂ ਹੋਲੀ ਤੂੰ ਸੁਪਨਾ ਤੇ ਅੱਖ ਨਹੀਂ ਦੱਸੋਲੀ ਉਹ ਮੇਰੇ ਨਾਲ ਨੱਚਦੀ ਗਈ ਪਰੀ ਪਰੀ ਬੋਲ ਨਾ ਜਾਏ ਸੀ ਮੈਨੂੰ ਹਰੀ ਹਰੀ
ਪਿੰਡ ਰਾਏਪੁਰ ਰਾਈਆਂ ਨੂੰ ਜਿੱਥੋਂ ਤੱਕ ਸਾਨੂੰ ਪਤਾ ਲੱਗਿਆ ਕਿ ਇੱਥੇ ਪਹਿਲੀ ਵਾਰ ਤੀਆਂ ਮਨਾਈਆਂ ਗਈਆਂ ਨੇ, ਕਿਸ ਤਰ੍ਹਾਂ ਜਿਹੜੀਆਂ ਆਪਣੇ ਲੜਕੀਆਂ ਨੇ ਇੱਥੇ ਪਰਫੋਰਮ ਕੀਤਾ ਹੈ ਕਿ ਛੋਟਾ ਜਿਹਾ ਪਿੰਡ ਹੋਣ ਦੇ ਬਾਵਜੂਦ, ਕੀ ਕਹਿਣਾ ਚਾਹੁੰਦੇ ਹੋ? ਅੱਜ ਜਿਹੜਾ ਮੈਂ ਅੱਜ ਦਾ ਪ੍ਰੋਗਰਾਮ ਦੇਖਿਆ ਪਿੰਡ ਰਾਏਪੁਰ ਦਾ, ਮਤਲਬ ਮੈਂ ਸੋਚ ਵੀ ਨਹੀਂ ਸੀ ਸਕਦੀ ਵੀ ਇੰਨੇ ਆਰਟਿਸਟ ਨੇ ਇਸ ਪਿੰਡ ਦੇ ਵਿੱਚ। ਪਿੰਡ ਦੀਆਂ ਕੁੜੀਆਂ ਨੇ ਬਹੁਤ ਸੋਹਣਾ ਪ੍ਰੋਗਰਾਮ ਕੀਤਾ, ਔਰ ਮਤਲਬ ਜਿਹਨਾਂ ਨੇ ਬਿਲਕੁਲ ਜਿਵੇਂ ਪੰਜਾਬੀ ਵਿਰਸੇ ਨੂੰ ਸੰਭਾਲ ਕੇ ਰੱਖਿਆ ਸਾਰੇ ਪਿੰਡ ਨੇ ਪੂਰਾ, ਜਿਵੇਂ ਅੱਜ ਜੇ ਵੇਖਿਆ ਜਾਏ ਤੇ ਸਾਰਿਆਂ ਦੇ ਇਹਨਾਂ ਦੇ ਪਹਿਰਾਵੇ ਨੂੰ ਵੇਖੋ, ਬੱਚਿਆਂ ਦੇ ਟੈਲੈਂਟ ਨੂੰ ਦੇਖੋ, ਤੇ ਸਾਰਾ ਇਹਨਾਂ ਨੇ ਆਪਣੇ ਵਿਰਸੇ ਨੂੰ, ਪੰਜਾਬੀ ਵਿਰਸੇ ਨੂੰ ਸੰਭਾਲਿਆ, ਤੇ ਬਹੁਤ ਵਧੀਆ ਲੱਗਿਆ ਮੈਨੂੰ ਅੱਜ ਇੱਥੇ ਆ ਕੇ ਇਹਨਾਂ ਨੂੰ ਦੇਖ ਕੇ। ਸੋ ਇਸ ਵਕਤ ਸਾਡੇ ਦਰਮਿਆਨ ਮੈਡਮ ਹਰਮੀਤ ਕੌਰ ਜੀ ਭਾਂਬਰੀ, ਉਹ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਕਿਉਂਕਿ ਤੀਆਂ ਦਾ ਤਿਉਹਾਰ ਸਮਾਪਤ ਹੋ ਚੁੱਕਿਆ, ਗੱਲਬਾਤ ਕਰਦੇ ਆ। ਮੈਡਮ ਕਿਵੇਂ ਦੇਖਦੇ ਹੋ ਤੀਆਂ ਦੇ ਤਿਉਹਾਰ ਨੂੰ ਰਾਏਪੁਰ ਲਾਈਆਂ? ਅੱਜ ਦਾ ਤਿਉਹਾਰ ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਮੈਨੂੰ ਚੰਗਾ ਲੱਗਿਆ। ਮੈਂ ਹਰਪ੍ਰੀਤ, ਉਹਦੀ ਵਾਈਫ ਤੇ ਸਾਰੇ ਪਿੰਡ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦਿੰਦੀ ਹਾਂ। ਇਸ ਤਰ੍ਹਾਂ ਦੇ ਤਿਉਹਾਰ ਵਾਹਿਗੁਰੂ ਲਵਾਉਂਦਾ ਰਹੇ, ਬੱਚੇ ਸਾਨੂੰ ਬੁਲਾਉਂਦੇ ਰਹੇ ਤੇ ਅਸੀਂ ਆਉਂਦੇ ਰਹੀਏ। ਇਹ ਤਿਉਹਾਰ ਕੋਈ ਛੋਟਾ ਮੋਟਾ ਤਿਉਹਾਰ ਨਹੀਂ ਹੈਗਾ, ਇਹ ਸਾਰੇ ਪਿੰਡ ਦਾ ਤਿਉਹਾਰ ਹੈ, ਇਹ ਸਾਡਾ ਆਪਣਾ ਤਿਉਹਾਰ ਹੈ। ਬਹੁਤ ਬਹੁਤ ਧੰਨਵਾਦ ਸਾਰੇ।